ਯਾਰ ਬਾਈ ਸਵੇਰੇ ਨਾ ਸਕੂਲ ਜਾਣ ਲੱਗੇ ਮੇਰੀ ਪੱਗ ਬਹੁਤ ਸੋਹਣੀ ਆਉਂਦੀ ਆ, ਪਰ ਛੁੱਟੀ ਟਾਈਮ ਤੱਕ ਪਤਾ ਨਹੀਂ ਕਿਉਂ ਹਿੱਲ ਜਾਂਦੀ ਆ। ਬਾਈ ਪੱਗ ਦੇ ਲੜ ਤਾਂ ਬਹੁਤ ਸੋਹਣੇ ਆਉਂਦੇ ਨੇ, ਸਾਫ਼ ਵੀ ਆਉਂਦੇ ਨੇ, ਪਰ ਪੱਗ ਦੀ ਸ਼ੇਪ ਨਹੀਂ ਸੋਹਣੀ ਆਉਂਦੀ ਯਾਰ। ਇਹਨਾਂ ਦੋਨਾਂ ਪ੍ਰੋਬਲਮਸ ਦੇ ਦੋ ਸੋਲਿਊਸ਼ਨ ਨੇ, ਪੱਗ ਦੀ ਪੌਣੀ ਅਤੇ ਪੱਗ ਦਾ ਬੇਸ। ਇਹ ਦੋਨੋਂ ਚੀਜ਼ਾਂ ਪੱਗ ਬੰਨਣ ਤੋਂ ਪਹਿਲਾਂ ਇੰਨਾ ਜ਼ਿਆਦਾ ਮੈਟਰ ਕਰਦੀਆਂ ਨੇ ਜਿੰਨਾ ਕਿ ਇੱਕ ਰਿਲੇਸ਼ਨਸ਼ਿਪ 'ਚ ਟਰੱਸਟ ਮੈਟਰ ਕਰਦਾ ਹੈ। ਬੇਬੀ ਪਲੀਜ਼ ਮੇਰੇ 'ਤੇ ਟਰੱਸਟ ਕਰ, ਮੈਂ ਜਿੰਨਾ ਪਿਆਰ ਤੈਨੂੰ ਦਿੱਤਾ ਨਾ ਉਹਨਾਂ ਪਿਆਰ ਮੈਂ ਜ਼ਿੰਦਗੀ 'ਚ ਕਿਸੇ ਵੀ ਕੁੜੀ ਨੂੰ ਨਹੀਂ ਦਿੱਤਾ। ਸਤਿ ਸ਼੍ਰੀ ਅਕਾਲ ਗਾਇਜ਼, ਮਾਈ ਨੇਮ ਇਜ਼ ਇੰਦਰ ਡੈਮੀ ਐਂਡ ਵੈਲਕਮ ਟੂ ਮਾਈ ਯੂਟਿਊਬ ਚੈਨਲ। ਗਾਇਜ਼, ਲਾਸਟ ਵੀਡੀਓਜ਼ ਤੁਸੀਂ ਪੱਗ ਦੀਆਂ ਬੜੀਆਂ ਪਸੰਦ ਕੀਤੀਆਂ, ਅਤੇ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਵਾਸਤੇ ਹੋਰ ਘੈਂਟ ਜੀ ਪੱਗ ਦੀ ਪੂਣੀ ਦੀ ਵੀਡੀਓ ਲੈ ਕੇ ਆਵਾਂ, ਜੋ ਤੁਹਾਨੂੰ ਬਹੁਤ ਕੁਝ ਸਿਖਾਊਗੀ। ਪੱਗ ਬੰਨਣ ਤੋਂ ਪਹਿਲਾਂ ਪੱਗ ਦੀ ਪੂਣੀ ਜ਼ਿਆਦਾ ਮੈਟਰ ਕਰਦੀ ਹੈ, ਇਸ ਕਰਕੇ ਕਿਉਂਕਿ ਪੱਗ ਦੀ ਪੂਣੀ ਹੀ ਆ ਜੋ ਸਾਡੀ ਪੱਗ ਦੀ ਸ਼ੇਪ ਵਿਗਾੜ ਵੀ ਸਕਦੀ ਹੈ ਅਤੇ ਸੁਧਾਰ ਵੀ ਸਕਦੀ ਹੈ। ਇਸ ਕਰਕੇ ਪੂਣੀ ਬਹੁਤ ਜ਼ਿਆਦਾ ਮੈਟਰ ਕਰਦੀ ਆ ਪੱਗ ਬੰਨਣ ਤੋਂ ਪਹਿਲਾਂ। ਪੱਗ ਦੀ ਪ੍ਰੈਕਟਿਸ ਕਰਨ ਨਾਲੋਂ ਸਭ ਤੋਂ ਪਹਿਲਾਂ ਪੂਣੀ ਦੀ ਪ੍ਰੈਕਟਿਸ ਜੇ ਆਪਾਂ ਵਾਰ ਵਾਰ ਕਰੀਏ ਤਾਂ ਉਹ ਸਾਡੇ ਵਾਸਤੇ ਜ਼ਿਆਦਾ ਬੈਟਰ ਆ। ਇੱਕ ਹੋਰ ਮੈਂ ਗੱਲ ਕੀਤੀ ਸੀ ਕਿ ਪੱਗ ਬੰਨਣ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਆ ਪੱਗ ਦਾ ਬੇਸ, ਸੋ ਉਹਦੀ ਵੀਡੀਓ ਮੈਂ ਆਲਰੇਡੀ ਬਣਾ ਚੁੱਕਿਆ, ਤੁਸੀਂ ਇੱਥੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਇਹ ਵੀਡੀਓ ਜੋ ਮੈਂ ਬਣਾਈ ਸੀ, ਇਹ ਮੈਂ ਟਰਬਨ ਬੇਸ ਵਿਦਾਊਟ ਪਟਕਾ ਸ਼ੂਟ ਕੀਤੀ ਸੀ। ਵਿਦਾਊਟ ਪਟਕਾ ਆਪਾਂ ਸਟੋਕਿੰਗ ਦੀ ਹੈਲਪ ਨਾਲ ਕਿੱਦਾਂ ਆਪਾਂ ਬੇਸ ਕਵਰ ਕਰ ਸਕਦੇ ਹਾਂ, ਉਹ ਤੁਸੀਂ ਇੱਥੇ ਦੇਖ ਸਕਦੇ ਹੋ। ਸੋ ਹੁਣ ਆਪਾਂ ਕਰਦੇ ਹਾਂ ਸ਼ੁਰੂਆਤ ਪੱਗ ਦੀ ਪੂਣੀ ਦੀ। ਪ੍ਰੋਪਰਲੀ ਆਪਾਂ ਡਿਟੇਲ ਦੇ ਵਿੱਚ ਪੱਗ ਦੀ ਪੂਣੀ ਨੂੰ ਸਮਝਾਂਗੇ ਵੀ ਕਿਵੇਂ ਕਿਵੇਂ ਆਪਾਂ ਕਰਨੀ ਆ ਅਤੇ ਕਿਵੇਂ ਕਿਵੇਂ ਇਹਦਾ ਪ੍ਰੋਸੈਸ ਆ। ਸੋ ਪੂਰੀ ਵੀਡੀਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ, ਵਿੱਚੋਂ ਸਕਿੱਪ ਨਾ ਕਰਿਓ ਕਿਉਂਕਿ ਤੁਹਾਡਾ ਹੀ ਨੁਕਸਾਨ ਹੈ, ਫਿਰ ਬਾਅਦ 'ਚ ਮੇਰਾ ਕੁਛ ਨਹੀਂ ਜਾਣਾ। ਇਸ ਕਰਕੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਵਿਦਾਊਟ ਵੇਸਟਿੰਗ ਐਨੀ ਟਾਈਮ। ਆਓ ਫਿਰ ਤੁਹਾਨੂੰ ਲੈ ਚੱਲੀਏ ਵੀਡੀਓ ਵੱਲ। ਸੋ ਪੱਗ ਦੇ ਕੱਪੜੇ ਦੀ ਲੈਂਥ ਆ ਜੀ 580 meters, ਅਤੇ ਪੱਗ ਦਾ ਕੱਪੜਾ ਹੈਗਾ ਰੂਬੀਆ ਵੋਇਲ। ਰੂਬੀਆ ਵੋਇਲ ਹੋਵੇ ਚਾਹੇ ਫੁੱਲ ਵੋਇਲ, ਪੂਣੀ ਦਾ ਪ੍ਰੋਸੈਸ ਹਰ ਪੱਗ ਲਈ ਸੇਮ ਹੀ ਆ। ਸੋ ਸਟਾਰਟਿੰਗ ਦੇ ਆਪਾਂ ਪੱਗ ਨੂੰ ਕੋਰਨਰ ਤੋਂ ਫੜ ਕੇ ਇਹਨੂੰ ਇੱਕ ਟ੍ਰਾਇੰਗਲ ਦੀ ਸ਼ੇਪ ਦੇ ਕੇ ਫੋਲਡ ਕਰ ਲਾਂਗੇ ਤਾਂ ਕਿ ਆਪਾਂ ਇਹਦੀ ਨੋਟ ਬਣ ਸਕੀਏ। ਘਰੇ ਕਿਸੇ ਵੀ ਕੁੰਡੇ ਨਾਲ, ਖਿੜਕੀ ਦੇ ਕੁੰਡੇ ਨਾਲ ਜਾਂ ਦਰਵਾਜ਼ੇ ਦੇ ਕੁੰਡੇ ਨਾਲ ਤੁਸੀਂ ਨੋਟ ਬਣ ਕੇ ਪੂਣੀ ਕਰ ਸਕਦੇ ਹੋ, ਬਹੁਤ ਈਜ਼ੀ ਆ। ਰਾਦਰ ਦੈਨ ਕਿਸੇ ਨੂੰ ਫੜਾਉਣ ਵਾਸਤੇ ਕੱਪੜਾ ਵੀ ਤੂੰ ਫੜ ਲਾ ਯਾਰ, ਮੇਰੀ ਪੂਣੀ ਕਰਵਾ ਦੇ। ਸੋ ਇਸ ਤਰੀਕੇ ਨਾਲ ਨੋਟ ਬਣ ਕੇ ਆਪਾਂ ਚੰਗੀ ਤਰ੍ਹਾਂ ਆਰਾਮ ਨਾਲ ਪੂਣੀ ਕਰ ਸਕਦੇ ਹਾਂ। ਇਹ ਧਿਆਨ ਰੱਖਿਓ ਵੀ ਨੋਟ ਆਪਣੀ ਟਾਈਟ ਹੋਵੇ। ਸੋ ਇੱਦਾਂ ਪੱਗ ਦੇ ਕੱਪੜੇ ਨੂੰ ਖਿਲਾਰ ਕੇ ਜਿਹੜਾ ਸਿਉਣ ਵਾਲਾ ਪਾਸਾ ਪੱਗ ਦਾ, ਸਿਉਣ ਵਾਲੀ ਸਾਈਡ ਆ, ਸਭ ਤੋਂ ਪਹਿਲਾਂ ਉਹਨੂੰ ਅੰਦਰ ਨੂੰ ਫੋਲਡ ਕਰਨਾ। ਦੈਨ ਆਪਾਂ ਦੂਸਰੀ ਸਾਈਡ ਫੋਲਡ ਕਰਨੀ ਹੈ। ਇਹ ਕੋਈ ਮੈਟਰ ਨਹੀਂ ਕਰਦਾ ਵੀ ਚਾਹੇ ਆਪਣੀ ਸਿਉਣ ਪੱਗ ਦੀ ਰਾਈਟ ਸਾਈਡ 'ਤੇ ਆਵੇ ਜਾਂ ਲੈਫਟ ਸਾਈਡ 'ਤੇ ਆਵੇ, ਜਿਹੜਾ ਵੀ ਸਾਈਡ ਹੈਗਾ ਵਾ ਪੱਗ ਦਾ ਸਿਉਣ ਦਾ, ਉਹ ਸਾਈਡ ਸਭ ਤੋਂ ਪਹਿਲਾਂ ਆਪਾਂ ਅੰਦਰ ਨੂੰ ਫੋਲਡ ਕਰਨੀ ਆ, ਉਸ ਤੋਂ ਬਾਅਦ ਆਪਾਂ ਦੂਸਰੀ ਸਾਈਡ ਫੋਲਡ ਕਰਨੀ ਆ। ਸੋ ਇਸ ਤਰੀਕੇ ਨਾਲ ਵਿਦ ਦ ਹੈਲਪ ਆਫ ਯੋਰ ਫਿੰਗਰਸ ਤੁਸੀਂ ਇਹਨੂੰ ਫੋਲਡ ਕਰਦੇ ਕਰਦੇ ਬੈਕ ਆਉਣਾ ਵਾ, ਅਤੇ ਚੰਗੀ ਤਰ੍ਹਾਂ ਆਪਾਂ ਪੂਣੀ ਨੂੰ ਇੱਕ ਵਾਰੀ ਖਿੱਚ ਲੈਣਾ। ਸੋ ਖਿੱਚਣ ਦੇ ਸਾਰ ਹੀ ਆਪਾਂ ਇਹ ਕੱਪੜਾ ਫੋਲਡ ਕਰਨਾ ਵਾ ਜਿਹੜਾ ਸਾਈਡ ਤੋਂ ਨਿਕਲਿਆ ਹੋਇਆ। ਧਿਆਨ ਰਹੇ ਵੀ ਪਤਲਾ ਕੱਪੜਾ ਉੱਪਰਲੀ ਸਾਈਡ ਅਤੇ ਮੋਟਾ ਕੱਪੜਾ ਨੀਚੇਲੀ ਸਾਈਡ, ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਅਤੇ ਇੱਕ ਆਪਾਂ ਨੋਟ ਆਪਾਂ ਇੱਥੇ ਵੀ ਬੰਨ ਲਾਂਗੇ ਕਿਉਂਕਿ ਆਪਣੀ ਪੱਗ ਦੀ ਪੂਣੀ ਖੁੱਲ੍ਹ ਸਕਦੀ ਆ। ਦੈਨ ਉਸ ਤੋਂ ਬਾਅਦ ਸੇਮ ਪ੍ਰੋਸੀਜਰ ਹੀ ਫੋਲੋ ਕਰਨਾ ਵਾ, ਪੱਗ ਦਾ ਪਤਲਾ ਕੱਪੜਾ ਉੱਪਰਲੀ ਸਾਈਡ ਅਤੇ ਮੋਟਾ ਕੱਪੜਾ ਨੀਚੇ ਵਾਲੀ ਸਾਈਡ, ਇਸ ਤਰੀਕੇ ਨਾਲ ਆਪਾਂ ਫੋਲਡ ਕਰਦੇ ਕਰਦੇ ਅੱਗੇ ਵਧੀ ਜਾਣਾ ਅਤੇ ਪੱਗ ਦੀ ਪੂਣੀ ਆਪਣੀ ਕੰਪਲੀਟ ਹੋਈ ਜਾਣੀ ਆ। ਇਸ ਗੱਲ ਦਾ ਵੀ ਆਪਾਂ ਖਿਆਲ ਰੱਖਣਾ ਕਿ ਆਪਣੀ ਪੱਗ ਦੀ ਪੂਣੀ ਦੀ ਬ੍ਰੌਡਨੈਸ ਆਪਣੇ ਹੱਥ ਦੇ ਪੰਜੇ ਜਿੰਨੀ ਹੋਣੀ ਚਾਹੀਦੀ ਆ, ਉਸ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਹਦਾ ਰੀਜ਼ਨ ਇਹੀ ਆ ਕਿ ਆਪਣੀ ਪੱਗ ਦੀ ਪੂਣੀ ਜਿੰਨੀ ਚੌੜੀ ਹੋਊਗੀ ਉਹਦੀ ਉਨੀ ਹੀ ਸ਼ੇਪ ਬ੍ਰੌਡ ਆਊਗੀ ਅਤੇ ਫੁੱਲ ਵੀ ਆਊਗੀ ਅਤੇ ਪੱਗ ਬੰਨੀ ਹੋਈ ਸੋਹਣੀ ਲੱਗੂਗੀ।
ਚਾਹੇ ਆਪਾਂ ਵਟਾਂ ਵਾਲੀ ਪੱਗ ਬੰਨਣੀ ਹੋਵੇ, ਚਾਹੇ ਆਪਾਂ ਮੋਰਨੀ ਪੱਗ ਬੰਨਣੀ ਹੋਵੇ ਜਾਂ ਪਟਿਆਲਾ ਸ਼ਾਹੀ ਬੰਨਣੀ ਹੋਵੇ, ਉਹਨਾਂ ਸਾਰਿਆਂ ਵਾਸਤੇ ਪੂਣੀ ਸੇਮ ਹੀ ਆ। ਲਓ ਜੀ, ਪੱਗ ਦੀ ਪੂਣੀ ਆਪਣੀ ਹੋ ਗਈ ਆ ਕੰਪਲੀਟ, ਅਤੇ ਹੁਣ ਵਾਰੀ ਆ ਤੁਹਾਡੀ, ਚੱਕ ਦਿਓ ਫੱਟੇ। ਹਾਂਜੀ, ਕਿੱਦਾਂ ਲੱਗੀ ਫਿਰ ਪੱਗ ਦੀ ਪੂਣੀ? ਘੈਂਟ ਸੀ ਨਾ। ਤੁਸੀਂ ਇਹਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ ਤਾਂ ਕਿ ਤੁਸੀਂ ਇੰਪਰੂਵਮੈਂਟ ਕਰ ਸਕੋ। ਅਤੇ ਜੇ ਤੁਹਾਨੂੰ ਇਹਦੇ ਰਿਲੇਟਡ ਕੋਈ ਕੁਐਰੀ ਆ, ਕੋਈ ਕੁਐਸਚਨ ਆ, ਤੁਸੀਂ ਮੈਨੂੰ ਕਮੈਂਟ ਵਿੱਚ ਤਾਂ ਨਾ ਪੁੱਛੋ, ਮੈਨੂੰ ਐਂ ਕਰੋ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਉੱਥੇ ਮੈਨੂੰ ਨਾਲੇ ਮੈਸੇਜ ਕਰ ਦਿਓ, ਨਾਲੇ ਫੋਲੋਅਰ ਵੱਧ ਜਾਣਗੇ ਮਾੜੇ ਮੋਟੇ। ਸੋ ਥੈਂਕ ਯੂ ਗਾਇਜ਼, ਇੱਦਾਂ ਪ੍ਰੈਕਟਿਸ ਕਰਦੇ ਰਹੋ। ਜੇ ਤੁਹਾਨੂੰ ਵੀਡੀਓ ਪਸੰਦ ਹੈ ਤਾਂ ਪਲੀਜ਼ ਲਾਈਕ, ਸ਼ੇਅਰ, ਕਮੈਂਟ ਕਰਿਓ ਅਤੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ। ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।